ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਦਾ ਜਿਹੜਾ ਮੇਰਾ ਵੀਡੀਓ ਹੈ ਨਾ, ਉਹ ਬਹੁਤ ਹੀ ਜ਼ਿਆਦਾ ਪੁਰਾਣਾ ਵੀਡੀਓ ਹੈ। ਮਤਲਬ 1 ਜਨਵਰੀ ਦਾ ਵੀਡੀਓ ਹੈ। ਅਤੇ ਅਸੀਂ ਜਾ ਰਹੇ ਹਾਂ ਪਟਨਾ ਸਾਹਿਬ। ਪਟਨਾ ਸਾਹਿਬ ਦੀ ਸਾਡੀ ਜਿਹੜੀ ਯਾਤਰਾ ਹੈ ਉਹ ਸਟਾਰਟ ਹੋ ਚੁੱਕੀ ਹੈ ਪਟਿਆਲੇ ਤੋਂ। ਅਤੇ ਸਭ ਤੋਂ ਪਹਿਲੇ ਅਸੀਂ ਸਵੇਰੇ ਸਵੇਰੇ ਨਿਕਲੇ ਸੀਗੇ ਪਟਿਆਲੇ ਤੋਂ ਪਾਣੀਪਤ। ਅਤੇ ਬਸ ਹੁਣ ਅਸੀਂ ਇੱਥੇ ਪਾਣੀਪਤ ਪਹੁੰਚ ਚੁੱਕੇ ਹਾਂ। ਪਾਣੀਪਤ ਦੇ ਸਟੇਸ਼ਨ 'ਤੇ ਪਹੁੰਚ ਗਏ ਹਾਂ। ਉੱਥੇ ਹੀ ਮੇਰੇ ਮੰਮੀ ਡੈਡੀ, ਮੇਰੀ 2 ਭਤੀਜੀਆਂ ਨੇ ਅਤੇ ਮੇਰੀ ਭਰਜਾਈ, ਸਾਰਿਆਂ ਨੇ ਉੱਥੇ ਹੀ ਆਉਣਾ ਸੀਗਾ। ਕਿਉਂਕਿ ਅਸੀਂ ਬਸ ਸਟੇਸ਼ਨ 'ਤੇ ਜਾ ਕੇ ਹਾਲੀ ਖੜ੍ਹੇ ਹੀ ਹੋਏ ਸੀ ਅਤੇ ਥੋੜ੍ਹੀ ਹੀ 15-20 ਮਿੰਟ ਦਾ ਹੀ ਫਰਕ ਸੀਗਾ ਟ੍ਰੇਨ ਦਾ। ਅਤੇ ਟ੍ਰੇਨ ਜਿਹੜੀ ਹੈ ਉਹ ਸਾਨੂੰ ਇੱਕ ਹੋਰ ਅਸੀਂ ਚੇਂਜ ਕਰਨੀ ਸੀ। ਅਸੀਂ ਫਿਰ ਜਾਣਾ ਸੀ ਦਿੱਲੀ। ਅਤੇ ਇੱਥੇ ਬੱਚੇ ਆਪਣਾ ਫੋਟੋਗ੍ਰਾਫ ਵਗੈਰਾ ਕਰਵਾ ਰਹੇ ਨੇ ਅਤੇ ਥੋੜ੍ਹੀ ਜਿਹੀ ਯਾਦਾਂ ਜਿਹੜੀਆਂ ਫਿਰ ਅੱਜ ਕੱਲ੍ਹ ਫੋਨ ਦੇ ਵਿੱਚ ਹੀ ਯਾਦਾਂ ਬਟੋਰੀਆਂ ਜਾਂਦੀਆਂ ਨੇ। ਅਤੇ ਬਸ ਇੱਥੇ ਬੱਚੇ ਬੜੇ ਐਕਸਾਈਟਿਡ ਨੇ ਜਾਣ ਵਾਸਤੇ ਪਟਨਾ ਸਾਹਿਬ। ਅਸੀਂ ਫਸਟ ਟਾਈਮ ਜਾ ਰਹੇ ਹਾਂ ਪਟਨਾ ਸਾਹਿਬ ਅਤੇ ਬਹੁਤ ਜ਼ਿਆਦਾ ਠੰਡ ਹੈਗੀ ਸੀਗੀ। ਤੁਹਾਨੂੰ ਪਤਾ ਹੀ ਹੋਣਾ ਹੈ ਕਿ ਜਨਵਰੀ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਸੀ, ਹੈ ਨਾ। ਅਤੇ ਬਸ ਸਾਡੀ ਟਿਕਟਾਂ ਜਿਹੜੀਆਂ ਨੇ ਕਾਫੀ ਮਹੀਨੇ ਪਹਿਲੇ ਹੀ ਅਸੀਂ ਬੁੱਕ ਕਰਾ ਦਿੱਤੀਆਂ ਸੀ। ਅਤੇ ਇੱਥੇ ਦੇਖੋ ਮੇਰੇ ਮੰਮੀ ਡੈਡੀ ਭਰਜਾਈ ਅਤੇ ਸਾਰੇ ਜਣੇ ਅਸੀਂ ਇੱਥੇ ਖੜ੍ਹੇ ਹਾਂ। ਅਤੇ ਉਹੀ ਮੇਰੇ ਡੈਡੀ ਕਹਿ ਰਹੇ ਸੀ, ਮੈਨੂੰ ਲੱਗਦਾ ਵੀ ਪਲੇਟਫਾਰਮ ਕਿਹੜੇ ਪਲੇਟਫਾਰਮ 'ਤੇ ਆਉਣੀ ਹੈ, ਮਤਲਬ ਇਹੋ ਹੀ ਅਸੀਂ ਡਿਸਕਸ ਕਰ ਰਹੇ ਸੀਗੇ ਕਿਹੜੇ ਪਲੇਟਫਾਰਮ 'ਤੇ ਟ੍ਰੇਨ ਆਉਣੀ ਹੈ। ਅਤੇ ਅਸੀਂ ਇੱਥੇ ਆਰਾਮ ਨਾਲ ਨਿਸ਼ਚਿੰਤ ਹੋ ਕੇ ਬੈਠੇ ਹੋਏ ਸੀ ਅਤੇ ਅਚਾਨਕ ਹੀ ਅਨਾਊਂਸਮੈਂਟ ਹੋਈ ਕਿ ਤੁਸੀਂ ਦੂਸਰੇ ਪਲੇਟਫਾਰਮ 'ਤੇ ਚਲੇ ਜਾਓ ਅਤੇ ਉੱਥੇ ਟ੍ਰੇਨ ਆਏਗੀ। ਫਿਰ ਅਸੀਂ ਭੱਜਦੇ ਹੋਏ ਗਏ ਉੱਥੇ ਅਤੇ ਟ੍ਰੇਨਾਂ ਦੇ ਵਿੱਚ ਰਸ਼ ਵੀ ਬਹੁਤ ਜ਼ਿਆਦਾ ਸੀਗਾ। ਅਤੇ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਦਿੱਲੀ ਦੇ ਸਟੇਸ਼ਨ 'ਤੇ। ਦਿੱਲੀ ਦੇ ਸਟੇਸ਼ਨ 'ਤੇ ਅਸੀਂ ਕਮ ਸੋ ਕਮ 1.5-2 ਘੰਟੇ ਵੇਟ ਕੀਤਾ ਹੋਣਾ ਟ੍ਰੇਨ ਦਾ। ਬੜੀ ਲੇਟ ਟ੍ਰੇਨਾਂ ਚੱਲ ਰਹੀਆਂ ਸੀ ਉਸ ਟਾਈਮ ਦੇ ਵਿੱਚ, ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ, ਠੰਡ ਵੀ ਬਹੁਤ ਜ਼ਿਆਦਾ ਸੀ, ਇਸ ਕਰਕੇ ਫਿਰ ਟ੍ਰੇਨਾਂ ਜਿਹੜੀਆਂ ਲੇਟ ਚੱਲਦੀਆਂ ਨੇ। ਅਤੇ ਇੱਥੇ ਬੱਚਿਆਂ ਦਾ ਖਾਣਾ ਪੀਣਾ ਜਿਹੜਾ ਸਟਾਰਟ ਹੋ ਚੁੱਕਿਆ ਹੈ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਸੀਗਾ। ਅਤੇ ਇੱਥੇ ਅਸੀਂ ਵੇਟ ਕਰ ਰਹੇ ਹਾਂ, ਟ੍ਰੇਨ ਜਿਹੜੀ ਹੈ ਆ ਰਹੀ ਹੈ ਨਾ, ਬਸ ਇਹੀ ਹੈ ਟ੍ਰੇਨ, ਇਸੇ ਟ੍ਰੇਨ 'ਤੇ ਅਸੀਂ ਚੜ੍ਹਨਾ ਹੈ। ਅਤੇ ਇੱਥੇ ਸਾਡੀ ਸਾਖੀ ਪ੍ਰੀਤ ਵੀ ਆ ਗਈ ਹੈ ਅਤੇ ਦੋਨੋਂ ਜਣੀਆਂ ਗੱਲਾਂ ਕਰਦੀਆਂ ਪਈਆਂ ਸੀ ਬੜੀਆਂ ਸੋਹਣੀਆਂ। ਮੈਂ ਇਹਨਾਂ ਦੀ ਵੀਡੀਓ ਬਣਾ ਲਈ ਫਿਰ। ਅਤੇ ਅਸੀਂ ਹੁਣ ਬੈਠ ਚੁੱਕੇ ਹਾਂ ਟ੍ਰੇਨ ਦੇ ਵਿੱਚ। ਜਨਵਰੀ ਦਾ ਮਹੀਨਾ ਹੈ ਅਤੇ ਫਿਰ ਠੰਡ ਤਾਂ ਹੋਏਗੀ, ਅਤੇ ਫਿਰ ਇਸ ਲਈ ਸਾਨੂੰ ਕੰਬਲਾਂ ਦੀ ਵੀ ਜ਼ਰੂਰਤ ਸੀ। ਅਸੀਂ ਸਾਰੇ ਜਣੇ ਆਪਣੇ ਆਪਣੇ ਕੰਬਲ ਲੈ ਕੇ ਆਏ ਸੀ ਕਿ ਬੱਚਿਆਂ ਨੂੰ ਜ਼ਰੂਰੀ, ਜ਼ਿਆਦਾ ਜ਼ਰੂਰੀ ਹੁੰਦਾ ਕੰਬਲ ਦਾ। ਅਤੇ ਬੱਚੇ ਉੱਪਰ ਬੈਠੇ ਨੇ ਆਪਣਾ ਮੌਜ ਮਸਤੀ ਕਰ ਰਹੇ ਨੇ। ਅਤੇ ਬਸ ਜਾਂਦੇ ਹੋਏ ਤਾਂ ਅਸੀਂ ਬੜੇ ਮਜ਼ੇ ਨਾਲ ਗਏ, ਪਰ ਆਉਂਦੇ ਹੋਏ ਸਾਡੀ ਬੜੀ ਬੁਰੀ ਹਾਲਤ ਹੋਈ। ਕੁਛ ਥਕਾਵਟ ਸੀਗੀ, ਕੁਛ ਬਸ ਸੀਟਾਂ ਨਹੀਂ ਸੀ ਸੈੱਟ ਹੈਗੀਆਂ ਸਾਡੀਆਂ, ਕਿਸੇ ਦੀ ਕਿਤੇ ਆ ਗਈ ਸੀਟ, ਕਿਸੇ ਦੀ ਕਿਸੀ ਜਗ੍ਹਾ 'ਤੇ ਆ ਗਈ। ਅਤੇ ਬੜੀ ਹੀ ਭੀੜ ਵੀ ਬਹੁਤ ਜ਼ਿਆਦਾ ਸੀ, ਅਸੀਂ ਬੜੀ ਮੁਸ਼ਕਿਲ ਟ੍ਰੇਨ 'ਤੇ ਚੜ੍ਹੇ ਸੀਗੇ ਉਸ ਦਿਨ। ਅਤੇ ਬਸ ਇੱਥੇ ਬੱਚੇ ਜਿਹੜੇ ਨੇ ਇੰਜੋਏ ਕਰ ਰਹੇ ਨੇ, ਮੇਰੀ ਮੰਮੀ ਆਰਾਮ ਕਰ ਰਹੇ ਨੇ ਅਤੇ ਮੈਂ ਵੀ ਇੱਥੇ ਗੱਪ ਸ਼ੱਪ ਕਰ ਰਹੇ ਹਾਂ। ਫੋਨ ਕਿਸੇ ਹੋਰ ਨੇ ਫੜਿਆ ਹੋਇਆ ਸੀਗਾ, ਵਲੋਗਿੰਗ ਕਹਿੰਦੇ ਅਸੀਂ ਕਰਦੇ ਹਾਂ, ਅਤੇ ਮੈਂ ਬਸ ਨਾ ਵੀਡੀਓ ਪਹਿਲੇ ਮਤਲਬ ਅਪਲੋਡ ਕੀਤਾ ਹੀ ਨਹੀਂ, ਬਸ ਵੈਸੇ ਹੀ, ਕੋਈ ਇਸ ਐਵੇਂ ਦਾ ਕੋਈ ਰੀਜ਼ਨ ਨਹੀਂ ਹੈਗਾ, ਵੈਸੇ ਹੀ ਨਹੀਂ ਕੀਤਾ ਮੈਂ। ਅਤੇ ਮੈਂ ਹੁਣ ਸੋਚਿਆ ਚਲੋ ਵੀਡੀਓ ਅਪਲੋਡ ਕਰਦੇ ਹਾਂ, ਨਾਲੇ ਯੂਟਿਊਬ 'ਤੇ ਵੀਡੀਓਜ਼ ਰਹਿਣਗੀਆਂ। ਗਾਈਸ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਜ਼ਰੂਰ, ਅੱਛੇ ਅੱਛੇ ਕਮੈਂਟ ਕਰਨਾ। ਅਸੀਂ ਇਹ ਵਾਲੇ ਏਰੀਏ ਦੇ ਵਿੱਚ ਫਸਟ ਟਾਈਮ ਆ ਜਾ ਰਹੇ ਹਾਂ, ਸਾਨੂੰ ਬਿਲਕੁਲ ਨਹੀਂ ਪਤਾ ਇੱਥੇ ਕਿਹੜੀ ਜਗ੍ਹਾ 'ਤੇ ਜਾ ਰਹੇ ਹਾਂ।
ਬੜੀ ਅੱਛੀ ਜਗ੍ਹਾ ਆਈ ਹੈ ਨਾ ਕੀ ਆਇਆ ਕੀ ਆਇਆ ਸਟੇਸ਼ਨ ਆਇਆ ਕੋਈ ਸਟੇਸ਼ਨ ਹੀ ਆਏਗਾ ਸਟੇਸ਼ਨ ਜਾ ਰਿਹਾ ਬਾਏ ਸਟੇਸ਼ਨ ਬਾਏ ਕਾਨਪੁਰ ਦਾ ਸਟੇਸ਼ਨ ਨਹੀਂ ਕਾਨਪੁਰ 10:30 ਵਜੇ ਕਹਿੰਦੀ ਹੈ ਕਾਨਪੁਰ 10:30 ਵਜੇ ਕਾਨਪੁਰ 10:30 ਵਜੇ ਆਣਾ ਹੈ ਇਹ ਦੁਨੀਆ ਪੁੱਛਣੀ ਮੌਜ ਕਰਦੀ ਕਾਨਪੁਰ ਦੇ ਨੇੜੇ ਅਸੀਂ ਪਹੁੰਚ ਗਏ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਸੀਂ ਤੁਹਾਨੂੰ ਦਿਖਾਵਾਂਗੇ ਕਾਨਪੁਰ ਤੱਕ ਦਾ ਰਸਤਾ ਰਸਤਾ ਨਹੀਂ ਮਤਲਬ ਉਹ ਸੀ ਵੀ ਨਹੀਂ ਦੇਖਣਾ ਵੈਸੇ ਮੇਰਾ ਤੇ ਚਲੋ ਜੀ ਹੁਣੇ ਮਿਲਦੇ ਆ ਦੁਬਾਰਾ ਤੋਂ ਤੇ ਕਰਾਂਗੇ ਹੁਣੇ ਅਸੀਂ ਜਦੋਂ ਅਸੀਂ ਡਿਨਰ ਕਰਾਂਗੇ ਨਾ ਫਿਰ ਕਰਾਂਗੇ ਹੈ ਵੀਡੀਓ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਹੈ ਕਿ ਅਸੀਂ ਇੱਧਰ ਫਸਟ ਟਾਈਮ ਜਾ ਰਹੇ ਹਾਂ ਇਸ ਸਾਈਡ ਅਸੀਂ ਪਹਿਲੇ ਕਦੀ ਨਹੀਂ ਗਏ ਅਤੇ ਉੱਪਰ ਜਿਹੜੀ ਬੈਠੀ ਸੀ ਨਾ ਉਹ ਮੇਰੀ ਭਰਜਾਈ ਹੈ ਅਤੇ ਉਹਦਾ ਨਾਮ ਹੈ ਸਰਨ ਅਤੇ ਬਸ ਸਰਨ ਨੂੰ ਅਸੀਂ ਵਾਰ ਵਾਰ ਪੁੱਛ ਰਹੇ ਸੀ ਵੀ ਕਿਹੜਾ ਸਟੇਸ਼ਨ ਆ ਕਿਉਂਕਿ ਉਹਨੇ ਲੋਕੇਸ਼ਨ ਜਿਹੜੀ ਹੈ ਉਹ ਮਤਲਬ ਜਿਹੜਾ ਹੁੰਦਾ ਇਹ ਟ੍ਰੇਨ ਵਾਲਾ ਜਿਹੜਾ ਹੁੰਦਾ ਨਾ ਐਪ ਉਹ ਉਹਨੇ ਖੋਲ੍ਹਿਆ ਹੋਇਆ ਸੀ ਮਤਲਬ ਉਹਨੇ ਖੋਲ੍ਹ ਕੇ ਹੀ ਰੱਖਿਆ ਹੋਇਆ ਸੀ ਕਿੱਥੇ ਟ੍ਰੇਨ ਰੁਕ ਰਹੀ ਹੈ ਕਿੱਥੇ ਚੱਲ ਰਹੀ ਹੈ ਮਤਲਬ ਉਹ ਸਾਰੀ ਡਿਟੇਲ ਸਾਨੂੰ ਦੇ ਰਹੀ ਸੀ ਅਸੀਂ ਕਿਹਾ ਚਲੋ ਪਤਾ ਤਾਂ ਚੱਲੇ ਵੀ ਅਸੀਂ ਕਿੱਥੇ ਜਾ ਰਹੇ ਹਾਂ ਬਾਹਰ ਤਾਂ ਬੜਾ ਹਨੇਰਾ ਸੀਗਾ ਸਾਨੂੰ ਨਾ ਪਤਾ ਲੱਗ ਰਿਹਾ ਸੀ ਅਸੀਂ ਕਿੱਥੇ ਜਾ ਰਹੇ ਹਾਂ ਕਿਹੜਾ ਸਟੇਸ਼ਨ ਆ ਰਿਹਾ ਕੁਛ ਨਹੀਂ ਪਤਾ ਲੱਗ ਰਿਹਾ ਸੀ ਅਤੇ ਇੱਥੇ ਮੈਂ ਫੋਨ 'ਤੇ ਆਈਓ ਵਲੋਗਿੰਗ ਹੀ ਕਰ ਰਹੀ ਹਾਂ ਸਿਮਰ ਵੀ ਮੇਰੀ ਵਿੱਚ ਹੀ ਮਿਲ ਗਈ ਆ ਸਿਮਰ ਵੀ ਪਿੱਛੇ ਜਿਹੜੀ ਤੁਸੀਂ ਕਲਿੱਪ ਦੇਖੀ ਹੈ ਨਾ ਮੇਰੀ ਛੋਟੀ ਭਤੀਜੀ ਹੈ ਅਤੇ ਇਹ ਨਾ ਸਾਡੇ ਨਾਲ ਟ੍ਰੇਨ 'ਚ ਲੜਦੀ ਪਈ ਸੀ ਅਤੇ ਬਸ ਐਵੇਂ ਨੇ ਬੱਚੇ ਲੜਦੇ ਵੀ ਨੇ ਅਤੇ ਪਿਆਰ ਵੀ ਬੜਾ ਕਰਦੇ ਨੇ ਅਤੇ ਇੱਥੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਪਟਨਾ ਸਾਹਿਬ ਇਹ ਅਸੀਂ ਸ਼ਾਮ ਦੇ ਟਾਈਮ ਪਹੁੰਚ ਗਏ ਸੀਗੇ ਅਤੇ ਸ਼ਾਮ ਨੂੰ ਬਸ ਅਸੀਂ ਇੱਕ ਵਾਰੀ ਨਹਾ ਧੋ ਕੇ ਆਪਣਾ ਅਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਮੱਥਾ ਟੇਕਣ ਆ ਗਏ ਸੀ ਬੜੀ ਹੀ ਪਿਆਰੀ ਇਮਾਰਤ ਬਣੀ ਹੋਈ ਹੈ ਸਾਰੀ ਅਤੇ ਬੜਾ ਹੀ ਆਨੰਦ ਆਇਆ ਸੀਗਾ ਬਸ ਇੱਥੋਂ ਦੇ ਥੋੜ੍ਹੇ ਜਿਹੇ ਲੋਕ ਉੱਦਾਂ ਦੇ ਨੇ ਮਤਲਬ ਥੋੜ੍ਹੀ ਲੈਂਗੁਏਜ ਹੋਰ ਬੋਲਦੇ ਨੇ ਉਹ ਲੋਕ ਅਤੇ ਆਪਣੇ ਜਿਵੇਂ ਪੰਜਾਬ ਦੇ ਠੇਠ ਪੰਜਾਬੀ ਬੋਲਦੇ ਹਾਂ ਅਸੀਂ ਹੈ ਨਾ ਉਵੇਂ ਦੇ ਉੱਧਰ ਨਹੀਂ ਹੈਗਾ ਕੋਈ ਵੀ ਸਿਸਟਮ ਮਤਲਬ ਪੰਜਾਬੀ ਦਾ ਵੀ ਨਹੀਂ ਹੈਗਾ ਅਤੇ ਉਵੇਂ ਦੇ ਲੋਕ ਵੀ ਨਜ਼ਰ ਨਹੀਂ ਆਉਂਦੇ ਉੱਥੇ ਕੁਛ ਹੋਰ ਹੀ ਤਰ੍ਹਾਂ ਦੇ ਲੋਕ ਨਜ਼ਰ ਆਉਂਦੇ ਨੇ ਜਿਹੜੇ ਅੰਦਰ ਪਾਠੀ ਗ੍ਰੰਥੀ ਨੇ ਨਾ ਉਹ ਵੀ ਥੋੜ੍ਹੇ ਅਲੱਗ ਤਰ੍ਹਾਂ ਦੇ ਹੀ ਲੱਗਦੇ ਨੇ ਅਤੇ ਬਸ ਚਲੋ ਸਾਨੂੰ ਤਾਂ ਇਹਦੇ ਨਾਲ ਕੋਈ ਉਹ ਨਹੀਂ ਹੈਗਾ ਬਸ ਅਸੀਂ ਤਾਂ ਦਰਸ਼ਨ ਕਰਨ ਗਏ ਸੀ ਅਤੇ ਬੜੇ ਹੀ ਵਧੀਆ ਦਰਸ਼ਨ ਹੋਏ ਅਤੇ ਇਹ ਜਿਹੜਾ ਟਾਈਮ ਹੈ ਹੁਣ ਸਵੇਰ ਦਾ ਟਾਈਮ ਹੈ ਅਤੇ ਇੱਥੇ ਬੜੀ ਹੀ ਜ਼ਿਆਦਾ ਧੁੰਦ ਪਈ ਹੋਈ ਸੀਗੀ ਔਰ ਧੁੰਦ ਵੀ ਹੈਗੀ ਸੀ ਲੇਕਿਨ ਗਰਮੀ ਵੀ ਸੀ ਕੁਛ ਐਵੇਂ ਦਾ ਹੀ ਮੌਸਮ ਸੀ ਜਦੋਂ ਅਸੀਂ ਦਰਬਾਰ ਸਾਹਿਬ ਅੰਦਰ ਜਾਂਦੇ ਸੀ ਨਾ ਉਦੋਂ ਬੜੀ ਗਰਮੀ ਲੱਗਦੀ ਸੀ ਅਤੇ ਜਦੋਂ ਬਾਹਰ ਆਉਂਦੇ ਸੀ ਫਿਰ ਧੁੰਦ ਅਤੇ ਠੰਡ ਵੀ ਲੱਗਦੀ ਸੀ ਮਤਲਬ ਉੱਥੇ ਨਾ ਕੁਛ ਐਵੇਂ ਮਿਕਸ ਜਿਹਾ ਮੌਸਮ ਜੀ ਸੀਗਾ ਨਾ ਜ਼ਿਆਦਾ ਗਰਮੀ ਸੀ ਨਾ ਜ਼ਿਆਦਾ ਸਰਦੀ ਸੀ ਅਤੇ ਜਿਹੜਾ ਪਟਨਾ ਸ਼ਹਿਰ ਹੈ ਨਾ ਉਹ ਬੜਾ ਹੀ ਸਸਤਾ ਸ਼ਹਿਰ ਹੈ ਬਹੁਤ ਸਸਤਾ ਸ਼ਹਿਰ ਹੈ ਉੱਥੇ ਬੜੀ ਹੀ ਸਸਤੀਆਂ ਚੀਜ਼ਾਂ ਮਿਲਦੀਆਂ ਨੇ ਅਤੇ ਇੱਥੇ ਹੁਣ ਅਸੀਂ ਆ ਗਏ ਹਾਂ ਕੰਗਨ ਘਾਟ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੰਗਨ ਸੱਟੇ ਸੀਗੇ ਗੰਗਾ ਦੇ ਵਿੱਚ ਅਤੇ ਇਹ ਉਹ ਵਾਲਾ ਗੁਰਦੁਆਰਾ ਹੈ ਇੱਥੇ ਤੁਸੀਂ ਕੋਈ ਵੀ ਗੁਰਦੁਆਰਾ ਸਾਹਿਬ ਜਾਓਗੇ ਨਾ ਅਸੀਂ ਬੜੇ ਗੁਰਦੁਆਰੇ ਗਏ ਸੀਗੇ ਅਤੇ ਉੱਥੇ ਤੁਹਾਨੂੰ ਉਸ ਗੁਰਦੁਆਰੇ ਦਾ ਇਤਿਹਾਸ ਦੱਸਣਗੇ ਸਾਰਾ
ਅਤੇ ਬੜਾ ਵਧੀਆ ਲੱਗਦਾ ਫਿਰ ਸੁਣ ਕੇ। ਅਤੇ ਇਹ ਹੈਗਾ ਜੀ ਕੰਗਨ ਘਾਟ, ਇੱਥੇ ਅਸੀਂ ਆਏ ਸੀਗੇ ਬੋਟਿੰਗ ਕਰਨ ਵਾਸਤੇ। ਇੱਥੇ ਨਾ ਬੋਟ ਦੇ ਵਿੱਚ ਬਿਠਾਉਂਦੇ ਨੇ ਅਤੇ ਮਤਲਬ ਇੱਕ ਚੱਕਰ ਲਗਾਉਂਦੇ ਨੇ ਪੂਰਾ ਗੰਗਾ ਦਾ, ਅਤੇ ਲੇਕਿਨ ਥੋੜ੍ਹਾ ਜਿਹਾ ਰਿਸਕੀ ਸੀਗਾ, ਇਸ ਲਈ ਅਸੀਂ ਫਿਰ ਨਾ ਗਏ ਨਹੀਂ, ਅਸੀਂ ਫਿਰ ਵਾਪਿਸ ਆ ਗਏ ਕਿਉਂਕਿ ਸਾਡੇ ਕੋਲ ਨਾ ਬੱਚੇ ਸੀਗੇ ਛੋਟੇ ਛੋਟੇ, ਅਤੇ ਇਹ ਨਾ ਬੋਟ ਦੇ ਵਿੱਚ ਅਨਲਿਮਿਟਿਡ ਬੰਦੇ ਬਿਠਾ ਲੈਂਦੇ ਸੀ, ਕਾਫੀ ਵੱਡੀ ਬੋਟ ਹੈ ਅਤੇ ਇਹਦੇ ਵਿੱਚ ਫਿਰ ਬੱਚੇ ਮਤਲਬ ਬਿਠਾ ਕੇ ਐਵੇਂ ਸੇਫਟੀ ਦਾ ਕੋਈ ਸਿਸਟਮ ਨਹੀਂ ਹੈਗਾ ਸੀ। ਫਿਰ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਨਾ ਜਾਓ, ਐਵੇਂ ਕੋਈ ਖਤਰਾ ਹੀ ਇਹ ਰਹਿਣ ਦਿਓ ਤੁਸੀਂ। ਫਿਰ ਅਸੀਂ ਨਹੀਂ ਲੈ ਕੇ ਗਏ, ਫਿਰ ਅਸੀਂ ਵਾਪਿਸ ਚਲੇ ਗਏ ਇੱਥੋਂ ਦੀ ਬੱਸ ਵੇਖ ਕੇ। ਅਸੀਂ ਸੋਚਿਆ ਸੀ ਵੀ ਨੈਕਸਟ ਡੇ ਆਵਾਂਗੇ। ਅਗਲੇ ਦਿਨ ਆਉਣ ਦਾ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਸੀ, ਜਿਹੜਾ ਅਸੀਂ ਕੰਗਨ ਘਾਟ ਜਾ ਕੇ ਆਉਂਦੇ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਸੀ। ਅਤੇ ਬਸ ਅਸੀਂ ਇੱਥੇ ਹੁਣ ਇਹ ਦੂਸਰੇ ਕਿਸੇ ਗੁਰਦੁਆਰਾ ਸਾਹਿਬ ਆ ਗਏ ਹਾਂ। ਇਹ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸੀਗਾ ਅਤੇ ਇਹ ਕਾਫੀ ਦੂਰ ਸੀ, ਅਸੀਂ ਟ੍ਰੇਨ 'ਤੇ ਆਏ ਸੀ ਇਸ ਗੁਰਦੁਆਰੇ 'ਤੇ, ਅਤੇ ਕਾਫੀ ਦੂਰ ਗੁਰਦੁਆਰਾ ਸੀ ਇਹੋ। ਅਤੇ ਸਵੇਰੇ ਸਵੇਰੇ ਅਸੀਂ ਨਿਕਲੇ ਸੀ ਟ੍ਰੇਨ 'ਤੇ, ਅਤੇ ਫਿਰ ਅਸੀਂ ਦੁਪਹਿਰ ਦੇ ਟਾਈਮ ਇੱਥੇ ਪਹੁੰਚੇ ਸੀ। ਅਤੇ ਕਾਫੀ ਵਧੀਆ ਜਗ੍ਹਾ ਹੈ ਵੀ ਸਾਰੀ, ਇੱਧਰ ਸਾਰੇ ਪਹਾੜ ਹੀ ਪਹਾੜ ਹੈਗੇ ਨੇ ਇਹਦੇ ਆਲੇ ਦੁਆਲੇ। ਅਤੇ ਇੱਥੇ ਵੀ ਮੌਸਮ ਠੀਕ ਸੀ, ਨਾ ਜ਼ਿਆਦਾ ਗਰਮੀ ਸੀ ਨਾ ਜ਼ਿਆਦਾ ਸਰਦੀ ਸੀ। ਅਤੇ ਬਸ ਇਹ ਹੁਣ ਸਾਡੀ ਵਾਪਸੀ ਦੀ ਵੀਡੀਓ ਹੈ, ਜਿਹੜੀ ਛੋਟੀ ਜਿਹੀ ਕਲਿੱਪ ਮੈਂ ਤੁਹਾਨੂੰ ਦਿਖਾਈ ਹੈ, ਅਤੇ ਕੁਛ ਫੋਟੋਗ੍ਰਾਫਸ ਨੇ ਜਿਹੜੀਆਂ ਮੈਂ ਇਹਦੇ ਨਾਲ ਐਡ ਕਰ ਰਹੀ ਹਾਂ। ਅਤੇ ਥੋੜ੍ਹੀ ਜਿਹੀ ਹੀ ਮੈਂ ਉੱਥੇ ਵਲੋਗਿੰਗ ਕੀਤੀ ਸੀ, ਜ਼ਿਆਦਾ ਟਾਈਮ ਨਹੀਂ ਹੈਗਾ ਸੀ ਕਿਉਂਕਿ ਫਿਰ ਅਸੀਂ ਕੈਮਰਾ ਹੀ ਫੜ ਕੇ ਬੈਠੇ ਰਹਿੰਦੇ ਹਾਂ, ਫਿਰ ਮਜ਼ਾ ਨਹੀਂ ਆਉਂਦਾ ਨਾ, ਫਿਰ ਉਸ ਟਾਈਮ ਦਾ ਨੂੰ ਜੀਣਾ ਇੱਕ, ਅਤੇ ਉਹਦੇ 'ਚ ਫਿਰ ਮਜ਼ਾ ਨਹੀਂ ਆਉਂਦਾ। ਅਤੇ ਇਸ ਲਈ ਮੈਂ ਥੋੜ੍ਹੀ ਜਿਹੀ ਕਲਿੱਪਾਂ ਜਿਹੜੀਆਂ ਨੇ ਫੋਟੋਗ੍ਰਾਫਸ ਦੀਆਂ ਲਗਾ ਦਿੱਤੀਆਂ ਨੇ। ਅਗਰ ਪਸੰਦ ਆਉਣ ਤਾਂ ਪਲੀਜ਼ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ, ਅਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ। ਮਿਲਾਂਗੇ ਨੈਕਸਟ ਵਲੌਗ ਦੇ ਵਿੱਚ।